ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਆਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਬਾਅਦ ਦੇ ਆਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਸਰਕਾਰ ਨੂੰ ਝਟਕਾ ਸਰਕਾਰੀ ਅਧਿਕਾਰੀਆਂ ਨੂੰ ਦੇਣਾ ਪਵੇਗਾ ਟੋਲ ਟੈਕਸ ਐਨ ਐਚ ای ਆਈ ਨੇ ਪ੍ਰਸਤਾਵ ਕੀਤਾ ਰੱਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨੈਸ਼ਨਲ ਹਾਈਵੇ ਤੇ ਟੋਲ ਟੈਕਸ ਤੋਂ ਛੋਟਾ ਨਹੀਂ ਮਿਲੇਗੀ ਸਰਕਾਰ ਦੇ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਭੇਜੇ ਗਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ NHAI ਨੇ ਇਹ ਸਬ ਪ੍ਰਸਤਾਵ ਨੂੰ ਸਬਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਪੰਜਾਬ ਸਰਕਾਰ ਨੇ ਵੀ ਪਿਛਲੇ ਦਿਨੀ ਵਿਸ਼ੇਸ਼ ਇਜਲਾਸ ਦੇ ਬੈਠ ਵਿਚ ਇਹ ਮਤਾ ਪਾਸ ਕੀਤਾ ਸੀ 8 ਜੂਨ ਨੂੰ NHAI ਨੂੰ ਭੇਜੇ ਆਪਣੇ ਸੰਦੇਸ਼ ਦੇ ਵਿੱਚ ਸਰਕਾਰ ਨੇ ਕਿਹਾ ਸੀ ਕਿ ਕਾਰਜਕਾਰੀ ਇੰਜੀਨੀਅਰ ਐਸ ਡੀਓ ਜੇਈ ਪਟਵਾਰੀ ਜ਼ਿਲ੍ਹਾ ਕਲੈਕਟਰ ਡੈਪਟੀ ਕਲੈਕਟਰ ਜਲ ਸਰੋਤ ਜੋ ਆਪਣੀ ਡਿਊਟੀਆਂ ਦੇ ਲਈ ਟੋਲਾ ਬੈਰੀਅਰ ਨੂੰ ਪਾਰ ਕਰਦੇ ਹਨ ਤੇ ਉਹਨਾਂ ਨੂੰ ਟੋਲ ਟੈਕਸ ਮੁਕਤ ਕੀਤਾ ਜਾਵੇ ਪਰਮੁੱਖ ਸਕਤਰ ਜਲ ਸਰੋਤ ਨੇ ਇਸ ਸੰਬੰਧ ਵਿੱਚ ਪੰਚਕੂਲਾ ਹਰਿਆਣਾ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਖੇਤਰੀ ਦਫ਼ਤਰ ਨੂੰ ਪੱਤਰ ਵੀ ਲਿਖਿਆ ਹੈ ਅਗਲੀ ਖਬਰ ਹੈ ਕਬੱਡੀ ਜਗਤ ਦੇ ਲਈ ਬੁਰੀ ਖਬਰ ਆਈ ਸਾਹਮਣੇ ਤਾਂ ਦੋਸਤੋ ਕਬੱਡੀ ਜਗਤ ਲਈ ਬੁਰੀ ਖਬਰ ਸਾਹਮਣੇ ਆ ਕਬੱਡੀ ਖਿਡਾਰੀ ਦਲਵੀਰ ਸਿੰਘ ਜੋ ਕਿ ਪਿਛਲੇ ਦਿਨੀ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਲੱਤ ਵਿੱਚ ਗੰਭੀਰ ਇਨਫੈਕਸ਼ਨ ਦੇ ਕਾਰਨ ਕਟਣੀ ਪਈ ਹੈ ਖਿਡਾਰੀ ਦਲਵੀਰ ਸਿੰਘ ਐ ਸਮੇਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਦਾਖਲਾ ਹੈ ਤੇ ਜਿੱਥੇ ਉਹਦਾ ਇਲਾਜ ਚੱਲ ਰਿਹਾ ਹੈ ਇਸ ਸਬੰਧੇ ਜਾਣਕਾਰ ਦੰਦਿਆ ਹਸਪਤਾਲ ਦੇ ਡਾਕਟਰ ਪੰਕਜਾ ਮਹਿੰਦਰਾ ਨੇ ਦੱਸਿਆ ਹੈ ਕਿ ਉਹਦੇ ਲੱਤ ਦੀ ਨਾੜ ਤੇ ਸਾਟ ਲੱਗੇ ਇਸੇ ਜਿਹਦੇ ਕਾਰਨ ਇਨਫੈਕਸ਼ਨ ਫੈਲ ਗਿਆ ਤੇ ਲੱਟ ਕੱਟਨੀ ਪਈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ 30 ਜੂਨ ਤੱਕ ਹਾਈ ਸਕਿਉਰਿਟੀ ਨੰਬਰ ਪਲੇਟ ਬਹਾਨਾ ਤੇ ਲਗਾਉਣੀ ਜ਼ਰੂਰੀ 7 ਦਿਨਾਂ ਦੇ ਅੰਦਰ ਆਪਣੇ ਵਾਹਨਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣੀ ਹੋਵੇਗੀ ਨਹੀਂ ਤਾਂ 1 ਜੁਲਾਈ ਤੋਂ ਮੋਟਾ ਚਲਾਨ ਕਟਵਾਉਣਾ ਪਵੇਗਾ ਪੰਜਾਬ ਟ੍ਰਾਂਸਪੋਰਟ ਵਿਭਾਗ ਤੇ ਪੁਲਿਸ ਨੇ ਇਹਦੀ ਤਿਆਰੀ ਕਰ ਲਈ ਆ ਲੋਕਾਂ ਨੂੰ 30 ਜੂਨ ਤੱਕ ਨੰਬਰ ਪਲੇਟ ਲਗਾਉਣ ਦੇ ਹਦਾਇਤ ਦਿੱਤੇ ਗਿਆ ਤਹਿਤ ਦੇ ਬਾਅਦ ਮੋਟਰ ਵਾਹਨ ਐਕਟ 1988 ਤਾਰੀਖ 170 ਦੇ ਤਹਿਤ ਕਾਰਵਾਈ ਹੋਵੇਗੀ ਇਸ ਵਿੱਚ ਪਹਿਲੀ ਵਾਰ ਫੜੇ ਜਾਣ ਤੇ 2000 ਰੁਪਏ ਜੁਰਮਾਨਾ ਜਦੋਂ ਕਿ ਇਹਦੇ ਬਾਅਦ ਆ ਪੜੇ ਜਾਂਦੇ 3000 ਰੁਪਏ ਦੇ ਹਿਸਾਬ ਦੇ ਨਾਲ ਜੁਰਮਾਨਾ ਵਸੂਲਿਆ ਜਾਵੇਗਾ ਤੇ ਬਹਾਨਾ ਨੂੰ ਬਲੈਕਲਿਸਟ ਵਿੱਚ ਪਾ ਦਿੱਤਾ ਜਾਵੇਗਾ। ਬਟਾਲਾ ਦੇ ਵਿੱਚ ਚੱਲੀਆਂ ਗੋਲੀਆਂ ਸਭ ਸ਼ੇਨਾ ਦਾ ਸੰਗਠਨਾ ਮੰਤਰੀ ਅਹਦਾ ਭਰਾ ਤੇ ਪੁੱਤਰ ਜਖਮੀ। ਤਾਂ ਦੋਸਤੋ ਅੱਜ ਬਟਾਲਾ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਦੇ ਵਿੱਚ ਨੀਲਮਾ ਟੀਵੀ ਸੈਂਟਰ ਦੇ ਵਿਖੇ ਦੋ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦੁਕਾਨ ਦੇ ਵਿੱਚ ਦਾਖਲ ਹੋ ਕੇ ਅਨੇ ਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੇ ਨਾਲ ਦੁਕਾਨ ਦਾ ਮਾਲਕ ਰਾਜੀਵਾ ਮਹਾਜਨ ਸ਼ਿਵਸਨਾ ਸਮਾਜਵਾਦੀ ਪੰਜਾਬ ਦੇ ਸੰਗਠਨਾ ਮੰਤਰੀ ਅਹੁਦਾਪਰਾ ਅਨੈਲਾ ਮਹਾਜਨ ਅਤੇ ਲੜਕਾ ਮਾਨਵ ਮਹਾਜਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਦੇ ਬੈੱਡ 'ਤੇ ਲਿਜਾਇਆ ਗਿਆ ਤੇ ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਲਈ ਤਬਦੀਲ ਕਰ ਦਿੱਤਾ ਗਿਆ ਹੈ ਅਗਲੀ ਖਬਰ ਆ ਬੁੜਲਾਡਾ ਵਸਿੰਗਾਂ ਦਲੇ ਸੀਆ ਮਾਨ ਨੇ ਕੀਤਾ ਵੱਡਾ ਐਲਾਨ ਤਾਂ ਦੋਸਤੋ ਬਡਲਾਡਾ ਵਾਸੀਆਂ ਦਲੇ ਸੀਮ ਭਗਵਾਨਤ ਮਾਨ ਨੇ ਵੱਡਾ ਐਲਾਨ ਕੀਤਾ ਆਖਰਕਾਰ ਕਾਫੀ ਮਿਹਨਤ ਤੋਂ ਬਾਅਦ ਵਧਾਇਕਾ ਪ੍ਰਿੰਸੀਪਲ ਬਧਰਾਮ ਦੀ ਮਿਹਨਤ ਰੰਗ ਲਿਆਈ ਹੈ ਜਦੋਂ ਮੁੱਖ ਮੰਤਰੀ ਨੇ ਬਡਲਾਡਾ ਸ਼ਹਿਰ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਲੈ ਸ ਫਾਇਰ ਬ੍ਰਿਗੇਡ ਦੇਣ ਦਾ ਵੱਡਾ ਐਲਾਨ ਕੀਤਾ ਹੈ ਪਿਛਲੇ 17 ਸਾਲਾਂ ਤੋਂ ਸ਼ਹਿਰ ਦੇ ਲੋਕ ਅੱਗ ਲੱਗਣ ਦੀਆਂ ਅਣ ਸੁਖਾਵੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਫਾਇਰ ਬ੍ਰਿਗੇਡ ਦੀ ਮੰਗ ਕਰ ਰਹੇ ਹਾਂ ਤੇ ਸ਼ਹਿਰ ਵਾਸੀਆਂ ਤੋਂ ਅੱਗ ਬੁਝਾਉ ਟੈਕਸ ਵਸੂਲਿਆ ਜਾਂਦਾ ਸੀ ਪਰ ਅੱਗ ਬੁਝਾਉਣ ਸਮੇ 20 ਕਿਲੋਮੀਟਰ ਦੂਰ ਮਾਨਸਾ ਤੋਂ ਪਾਇ ਰਬਰਗੇੜ ਦੇ ਘਟੇ ਆ ਜਾਂਦੇ ਸੀ ਉਦੋਂ ਤੱਕ ਅੱਗ ਲੱਗਣ ਦੇ ਕਾਰਨ ਅਣਸਖਾਮੇ ਘਟਨਾ ਵਾਪਰ ਜਾਂਦੀ ਸੀ। ਆਗਲੀ ਖਬਰ ਹੈ ਸਾਬਕਾ ਰਾਏਪਾਲ ਸਤਿਆਪਾਲ ਮਲਕ ਨੇ ਇੱਕ ਵਾਰ ਫਿਰ ਅਮੂਦੇ ਸਰਕਾਰ ਤੇ ਸਾਧਿਆ ਨਿਸ਼ਾਨਾ। ਜੀ ਹਾਂ ਦੋਸਤੋ ਜੰਮੂ ਕਸ਼ਮੀਰ ਦੇ ਸਾਬਕਾ ਰਾਏਪਾਲ ਸਤਿਆਪਾਲ ਮਲਕ ਨੇ ਇੱਕ ਵਾਰ ਫਿਰ ਅਮੂਦੇ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਸਤਿਆਪਾਲ ਮਲਕ ਨੇ ਟਵੀਟ ਕੀਤਾ ਹੈ ਮੈਂ ਸਾਰੇ ਨੇਤਾਵਾਂ ਨੂੰ ਕਹਿ ਰਿਹਾ ਕਿ ਤੁਹਾਨੂੰ ਇਹੜੇ ਅਤੇ ਸੀਬੀਆਈ ਤੋਂ ਕਬਰਾਉਣ ਦੀ ਲੋੜ ਨਹੀਂ ਹੈ ਸਚਾਈ ਦੇ ਨਾਲ ਸਖਤੀ ਨਾਲ ਲੜੋ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਦੇ ਵਿੱਚ ਭਾਏ ਭਾਏ ਦੀ ਹਾਰ ਯਕੀਨੀਆ ਫਿਰ ਅਮੋਦੀ ਜੀ ਅਤੇ ਉਹਨਾਂ ਦੇ ਸਹਿਯੋਗਾਂ ਤੋਂ ਜਾਂਚ ਕਰਵਾਓ ਅਗਲੀ ਖਬਰ ਹੈ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਬੱਚਾ 4161 ਟੀਚਰਾਂ ਨੇ ਭਰਤੀ ਪ੍ਰਕਿਰਿਆ ਹੋਈ ਪੂਰੀ ਫਿਰ ਵੀ ਨਹੀਂ ਭੇਜੇ ਸਕੂਲਾਂ ਤਾਂ دوستੋ ਸਿਖਾਵ ਭਾਗ ਨੇ 16 ਦਸੰਬਰ 2021 ਨੂੰ ਸਰਕਾਰੀ ਸਕੂਲਾਂ ਵਿੱਚ ਗਿਆਨਤਾ ਵਿਗਿਆਨ ਸਮਾਜਿਕ ਅਧਿਆਨ ਅਤੇ ਅੰਗਰੇਜ਼ੀ ਵਰਗੇ ਵਿਸ਼ਿਆਂ ਵਿੱਚ ਮਾਸਟਰਕਿਡਰ ਟੀਚਰਾਂ ਦੇ ਖਾਲੀ ਅਹੁਦਿਆਂ ਨੂੰ ਲੈ ਕੇ ਵਿਗਿਆਪਨ ਦਿੱਤਾ ਸੀ ਇਸ ਲਈ 41 66 ਟੀਚਰਾਂ ਦੀ ਭਰਤੀ ਕੀਤੀ ਜਾਣੀ ਸੀ ਪੂਰੀ ਪ੍ਰਕਿਰਿਆ ਦੇ ਬਾਅਦ ਜਨਵਰੀ 2023 ਦੇ ਵਿੱਚ ਅਮੀਰ 12 ਨੂੰ ਨਿਯੁਕਤੀ ਪੱਤਰ ਦਿੱਤੇ ਗਏ ਤੇ ਨਾਲ ਹੀ ਉਹਨਾਂ ਦੇ ਲਈ ਰੇਣਗਾ ਸਹਿਸ਼ਨਾ ਅਯੋਜਨਾਤਾ ਕੀਤੇਗੇ ਪਰ 5 ਮਹੀਨੇ ਬਾਅਦ ਵੀ ਇਨ੍ਹਾਂ ਟੀਚਰਾਂ ਨੂੰ ਸਕੂਲਾਂ ਦੇ ਵਿੱਚ ਨਹੀਂ ਭੇਜਿਆ ਗਿਆ ਅਤੇ ਅਹੁਦੇ ਹਜੇ ਵੀ ਖਾਲੀ ਪਏ ਹਨ ਤੇ ਸਰਕਾਰੀ ਸਕੂਲ ਸਿੱਖਿਆ ਸੰਗ ਨੇ ਇਨ੍ਹਾਂ ਟੀਚਰਾਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਭੇਜਣ ਵਿੱਚ ਸਰਕਾਰ ਦੇ ਵੱਲੋਂ ਆਪਣਾਏ ਗਏ ਢਲਮਠਾ ਰਬਈਏ ਤੇ ਹਰਾਨੀ ਪ੍ਰਗਟਾ ਕੀਤੀ ਹੈ ਜਿੱਥੇ ਅਹੁਦੇ ਹਜੇ ਵੀ ਖਾਲੀ ਪਏ ਹਨ ਆੜਤਕੇ ਦੀ ਦੁਕਾਨ ਤੇ ਅੰਨੇ ਬਾਅ ਫਾਇਰਿੰਗ ਆ ਵਿਅਕਤੀ ਦੀ ਮੌਤ ਆ ਜੀ ਹਾਂ ਦੋਸਤੋ ਫਰੋਹੀਪੁਰ ਦੇ ਕਸਬਾ ਤਲਵੰਡੀ ਪਾਈ ਵਿਖੇ ਇੱਕ ਆੜਤਕੇ ਦੀ ਦੁਕਾਨ ਤੇ ਅਣਪਛਾਤੇਆਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ। ਇਸ ਗੋਲਾਬਾਰੀ ਦੇ ਵਿੱਚ ਇੱਕ ਆ ਵਿਅਕਤੀ ਦੀ ਮੌਤ ਹੋ ਗਈ ਅਤੇ ਮਰਤਕ ਦੀ ਪਛਾਣ ਪ੍ਰੇਮ ਕੁਮਾਰ ਦੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਚਿੱਟੇ ਦਿਨੇ ਬਾਈਕ 'ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਤਲਵੰਡੀ ਪਾਈ ਦੇ ਆੜਤਗਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਮਰਤ ਲਾਲ ਸ਼ਾਬੜਾ ਦੀ ਦੁਕਾਨ ਤੇ ਅਨੇਭਾ ਫਾਇਰਿੰਗਾਂ ਕਰਨੀ ਸ਼ੁਰੂ ਕਰ ਦਿੱਤੀ ਗਈ। ਆੜਤਗਾ ਤਾਂ ਦੁਕਾਨ ਵਿੱਚ ਨਹੀਂ ਸੀ ਪਰ ਹਮਲਾ ਬਰੰਦ ਦੇ ਵੱਲ ਕੀਤੀ ਗਈ ਫਾਇਰਿੰਗ ਦੇ ਦੌਰਾਨ ਇੱਕ ਬੇਕਸੂਰਾ ਵਿਅਕਤੀ ਮਾਰਿਆ ਗਿਆ। ਦੂਜੇ ਪਾਸੇ ਰੋਸ ਦੇ ਵਜੋਂ ਅੱਜ ਤਲਵੰਡੀ ਪਾਈ ਪੂਰਾ ਬੰਦ ਹੈ ਤੇ ਇਨਸਾਫ਼ ਦੀ ਮੰਗ ਕਰਦਿਆਂ ਹੋਇਆਂ ਲੋਕ ਕਹਿ ਰਹੇ ਹਨ ਕਿ ਕਾਤਲਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ। ਅਗਲੇ ਖਬਰਾਂ ਹੁਣ ਐਪਲ ਭਾਰਤ ਵਿੱਚ ਹੈ ਕ੍ਰੈਡਿਟ ਕਾਰਡ ਵੀ ਕਰੇਗਾ ਪੇਸ਼ ਐਸਾ ਬੈਂਕ ਦੇ ਨਾਲ ਮਿਲ ਕੇ ਕਰ ਰਿਹਾ ਪਲਾਨਿੰਗ ਹੈ ਜੀ ਆਂ ਦੋਸਤੋ ਤੁਸੀਂ ਮਸ਼ਹੂਰਾ ਤਕਨੀਕੀ ਕੰਪਨੀ ਐਪਲ ਦੇ ਆਈਫੋਨ ਆਈਪੈਡ ਸਮਾਰਟਵਾਚ ਅਤੇ ਕਈ ਡਿਵਾਈਸਾਂ ਬਾਰੇ ਤਾਂ ਜਾਣੂ ਹੋਵੋਗੇ ਪਰ ਹੁਣ ਤੁਸੀਂ ਭਾਰਤ ਵਿੱਚ ਐਪਲ ਦੇ ਕ੍ਰੈਡਿਟ ਕਾਰਡ ਦੇ ਬਾਰੇ ਤੋਂ ਕਰਨ ਲਈ ਵੀ ਤਿਆਰ ਹੋ ਜਾਓ ਦਰਸ ਹਲ ਕੰਪਨੀ ਭਾਰਤ ਵਿੱਚ ਐਪਲ ਕ੍ਰੈਡਿਟ ਕਾਰਡ ਲਾਂਚ ਕਰਨ ਲਈ HDFC ਬੈਂਕ ਦਾ ਅਤੇ regulators ਦੇ ਨਾਲ ਗੱਲਬਾਤ ਕਰਿਆ ਤੇ ਮਨੀ ਕੰਟਰੋਲ ਦੀ ਖਬਰ ਦੇ ਮੁਤਾਬਕ Apple ਦੇ CEO Tim Cook ਨੇ ਇਸ ਹਸਾਲ April ਦੇ ਵਿੱਚ ਆਪਣੀ ਭਾਰਤ ਫਿਰ ਦੌਰਾਨ HDFC Bank ਦੇ CEO ਅਤੇ MD ਸਸੀਦਾਰਾ ਜਗਦੀਸ਼ਨਾ ਦੇ ਨਾਲ ਮੁਲਾਕਾਤ ਕੀਤੀ ਸੀ। ਅਗਲੀ ਖਬਰ ਹੈ ਹੁਣ Haryana ਦੇ ਕਿਸਾਨ ਵੇਚ ਸਕਣਗੇ ਪਰਾਲੀ ਇਸ ਕੰਪਨੀ ਦੇ ਨਾਲ ਕੀਤਾ ਸਮਝੌਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਪਣੀਪਾਤ ਵਿਖੇ IOCL 2ਜੀ ਇਥਨ ਵਾਲਾ ਪਲਾਂਟ ਨੂੰ ਝੋਨੇ ਦੇ ਪਰਾਲੀ ਮੁਹੱਈਆ ਕਰਵਾਉਣਾ ਤੇ ਕਿਸਾਨਾਂ ਨੂੰ ਉਹਨਾਂ ਦੇ ਫਸਲ ਦੀ ਰਹਿੰਦ-ਖੂੰਦ ਨੂੰ ਵੇਚਣ ਦੇ ਲਈ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਦੇ ਨਾਲ ਝੋਨੇ ਦੀ ਪਰਾਲੀ ਇਕੱਠੇ ਕਰਨ ਦੇ ਲਈ 13 ਸਥਾਨ ਨਿਰਧਾਰਿਤ ਕੀਤੇ ਗਏ ਹਨ ਕਸਟਮ ਹਾਇਰੰਗਾ ਸੈਂਟਰਾਂ ਦੇ ਤਹਿਤ ਵਿਅਕਤੀਗਤ ਕਿਸਾਨ ਜਾਂ ਕਿਸਾਨਾਂ ਦੇ ਸਮੂਹ ਆਪਣੀ ਝੋਨੇ ਦੀ ਪਰਾਲੀ ਲਿਆ ਸਕਦੇ ਹਨ ਅਤੇ ਵੇਚ ਸਕਦੇ ਹਨ ਤੇ IOCL ਇਸ ਨੂੰ ਖਰੀਦੇਗੀ ਅਗਲੇ ਖਬਰਾਂਕ ਸਨਦਲੇ ਵੱਡੇ ਸਹੂਲਤਾ ਪੀਐਮ ਕਿਸਾਨ ਮੋਬਾਈਲ ਐਪ ਵਿੱਚ ਹੁਣ ਤੁਹਾਡੇ ਚਿਹਰੇ ਦੇ ਨਾਲ ਹੋਵੇਗੀ ਪਛਾਣ ਕੇਂਦਰੀ ਪ੍ਰਯੋਜਕਤਾ ਜੋਇਨਾ ਪੀਐਮ ਕਿਸਾਨ ਦੇ ਤਹਿਤ ਰਜਿਸਟਰਡ ਕਿਸਾਨ ਹੁਣ ਵਨ ਟਾਈਮ ਪਾਸਵਰਡ ਓਟੀਪੀ ਜਾਂ ਫਿੰਗਰਪ੍ਰਿੰਟ ਤੋਂ ਬਿਨਾ ਆਪਣੇ ਚਿਹਰੇ ਨੂੰ ਸਕੈਨ ਕਰਕੇ ਈਕੇਵਾਈਸੀ ਨੂੰ ਪੂਰਾ ਕਰਵਾ ਸਕਦੇ ਹਨ ਇਸ ਦੇ ਲਈ ਸਰਕਾਰ ਨੇ ਬਿਰਵਾਨੂ ਮੋਬਾਈਲ ਐਪਲੀਕੇਸ਼ਨ ਤੇ ਫੇਸ ਅਪਰਮਾਨਕਤਾ ਸਹੂਲਤਾਂ ਪੇਸ਼ ਕੀਤੀਆਂ ਤੇ ਪੀਐਮ ਕਿਸਾਨ ਮੋਬਾਈਲ ਐਪ ਤੇ ਨਵੇਂ ਸਹੂਲਤਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘਾ ਤੋਮਰ ਦੇ ਦੁਬਾਰਾ ਪੇਸ਼ ਕੀਤੀ ਗਈ ਸੀ ਉਹਨਾਂ ਦਾ ਕਹਿਣਾ ਹੈ ਕਿ ਤਕਨੀਕ ਦੇ ਵਰਤੋਂ ਕਰਕੇ ਇਸ ਸਕੀਮ ਨੂੰ ਲਾਗੂ ਕਰਨਾ ਬਹੁਤ ਆਸਾਨ ਹੋ ਗਿਆ ਹੈ ਹਰਿਆਣਾ ਵਿੱਚ 9 ਜੁਲਾਈ ਨੂੰ ਹੋਣਗੀਆਂ ਪੰਚਾਇਤੀ ਜਿਮਣੀ ਚੋਣਾ ਜੇ ਹਾਂ ਦੋਸਤੋ ਹਰਿਆਣਾ ਚੋਣਾ ਕਮਿਸ਼ਨਰਾ ਧਨਪਾਤ ਸਿੰਘ ਨੇ ਕੱਲ ਇੱਥੇ ਰਾਜ ਦੀਆਂ ਪੰਚਾਇਤੀ ਜਿਮਣੀ ਚੋਣਾਂ ਦਾ ਐਲਾਨ ਕੀਤਾ ਤੇ ਉਹਨਾਂ ਦੱਸਿਆ ਕਿ ਕੋਲ 1983 ਇਟਾਂ ਦੇ ਉਤੇ ਜਿਮਣੀ ਚੋਣਾਂ ਹੁਣ ਗਾਂ ਜਿਹਦੇ ਤਹਿਤ 1958 ਪੰਜਾ 18 ਸਰਪੰਚਾਂ ਪੰਚਾਇਤ ਸਮਿਤੀ ਦੇ ਪੰਜ ਮੈਂਬਰਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਦੋ ਮੈਂਬਰਾਂ ਚੁਣੇ ਜਾਣਗੇ ਤੇ ਉਹਨਾਂ ਦੱਸਿਆ ਕਿ 9 ਜੁਲਾਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਬੋਟਾਂ ਪੈਣਗੀਆਂ 1 ਜੂਨ ਤੋਂ ਲੈ ਕੇ 22 ਜੂਨ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਨਾਮਜਦਗੀ ਫਾਰਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹੋਣਗੇ 1 ਜੂਨ ਤੋਂ 26 ਜੂਨ ਤੱਕ ਨਾਮਜਦਗੀਆਂ ਦੀਆਂ ਸੂਚੀਆਂ ਜਨਤਕ ਥਾਵਾਂ ਤੇ ਚਪਕਾਈਆਂ ਜਾਣਗੀਆਂ 27 ਜੂਨ ਨੂੰ ਨਾਮਜਦਗੇ ਪੇਪਰਾਂ ਦੀ ਜਾਂਚ ਹੋਵੇਗੀ 28 ਜੂਨ ਨੂੰ ਬਾਅਦ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣਾ ਨਾਮ ਵਾਪਸ ਲੈ ਸਕਦੇ ਹਨ 28 ਜੂਨ ਨੂੰ ਬਾਅਦ ਦੁਪਹਿਰ 3 ਵਜੇ ਤੱਕ ਚੋਣਾਂ ਚੇਨ ਐਲਾਨ ਕੀਤੇ ਜਾਣਗੇ 9 ਜੁਲਾਈ ਨੂੰ ਵੋਟਾਂ ਪੈਣਗੀਆਂ ਉਧਰ ਪੰਜਾਬ ਦੇ ਵਿੱਚ ਵੋਟਾਂ ਪੈਣ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਚਾਇਤੀ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਕਰਵਾਉਣ ਦੀ ਗੱਲਬਾਤ ਚੱਲ ਰਹੀ ਹੈ। ਅਗਲੀ ਖਬਰ ਹੈ ਚੰਡੀਗੜ੍ਹ ਦੇ ਵਿੱਚ 16 ਸਾਲਾ ਨੌਜਵਾਨ ਦਾ ਹੋਇਆ ਕਤਲ ਪਾਰਕ ਦੇ ਵਿੱਚ ਬਲਾਕ ਕੇ ਚਾਕੂਆਂ ਦੇ ਨਾਲ ਕੀਤਾ ਹਮਲਾ। ਚੰਡੀਗੜ੍ਹ ਦੇ ਵਿੱਚ ਸ਼ੁੱਕਰਵਾਰ ਰਾਤ ਇੱਕ ਲੜਕੇ ਦਾ ਕਤਲ ਕਰ ਦਿੱਤਾ ਗਿਆ 10 ਤੋਂ 12 ਹਮਲਾਵਰਾਂ ਨੇ। ਚਾਕੂਆਂ ਦੇ ਨਾਲ ਹਮਲਾ ਕਰਕੇ 16 ਸਾਲਾ ਨਵੀਂ ਬਾਂਦੀ ਹਤਿਆ ਕਰ ਦਿੱਤੀ ਹੈ ਜਾਣਕਾਰ ਦੇ ਮੁਤਾਬਕ ਮਾਮਲਾ ਜਾਗਰਣ ਦੇ ਵਿਕਾਸ ਨਗਰ ਦਾ ਦੱਸਿਆ ਜਾ ਰਿਹਾ ਹੈ ਤੇ ਕਤਲ ਤੋਂ ਬਾਅਦ ਇਲਾਕੇ ਦੇ ਵਿੱਚ ਅਦਾਸ਼ ਦਾ ਮਾਹੌਲ ਹੈ ਹਮਲਾਵਰ ਨੇ ਸੌਰਭ ਤੇ ਚਾਕੂਆਂ ਦੇ ਨਾਲ ਹਮਲਾ ਕੀਤਾ ਤੇ ਉਸ ਨੂੰ ਜ਼ਖਮੀ ਕਰਕੇ ਫਰਾਰ ਹੋ ਗਿਆ ਤੇ ਪਾਰਕ ਵਿੱਚ ਸੈਰ ਕਰਨ ਆਏ ਇੱਕ ਵਿਅਕਤੀ ਨੇ ਉਸ ਨੂੰ ਦੇਖਿਆ ਅਤੇ ਉਹਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਤੇ ਰਸਤੇਦਾਰ ਉਸਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮਰਤਕ ਐਲਾਨ ਕਰ ਦਿੱਤਾ ਹੁਣ ਪੁਲਿਸ ਵੱਲੋਂ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਜਿਹੜੇ ਕਿ ਤੱਥਾਂ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਹਮਲਾਵਰ ਕੌਣ ਸਨ ਤੇ ਉਨ੍ਹਾਂ ਦੇ ਸੀਸੀਟੀਵੀ ਕੈਮਰਾ ਦੇ ਜ਼ਰੀਏ ਭਾਲ ਕੀਤੀ ਜਾ ਰਹੀ ਹੈ